ਹਾਂਜੀ, ਅੱਜ ਦੀ ਵੀਡੀਓ ਆਪਣੀ ਸਪੈਸ਼ਲ ਕੱਦੂ ਦੀਆਂ ਵੱਲਾਂ 'ਤੇ ਆ, ਕਿਉਂਕਿ ਜਿੰਨਾ ਜਿਹੜੇ ਵੀ ਸਬਜ਼ੀ ਦਾ ਕੰਮ ਕਰਦੇ ਆ, ਸਬਜ਼ੀ ਦੀ ਖੇਤੀ ਕਰਦੇ ਆ ਅਤੇ ਕੱਦੂਆਂ ਦੀ ਫਸਲ ਦੀ ਬਿਜਾਈ ਕੀਤੀ ਆ, ਅਤੇ ਉਹਨਾਂ ਨੇ ਹੁਣ 13 ਫਰਵਰੀ ਹੋ ਗਈ ਆ, ਲਿਫਾਫਾ ਜਿਹੜਾ ਆਪਾਂ ਹੀਟ ਦੇ ਲਈ ਉੱਤੇ ਦਿੰਦੇ ਹੁੰਦੇ ਹਾਂ, ਜਿਵੇਂ ਕਿ ਤੁਸੀਂ ਪਾਸੇ ਦੇਖ ਰਹੇ ਹੋ, ਸਾਡਾ ਲਾਹ ਕੇ ਰੱਖਿਆ ਪਿਆ, ਸਾਰਿਆਂ ਨੇ ਤਕਰੀਬਨ ਲਾਹ ਦਿੱਤਾ ਹੋਣਾ, ਕਿਉਂਕਿ ਫਰਵਰੀ ਦੇ ਵਿੱਚ ਦਿਨੇ ਧੁੱਪਾਂ ਬਹੁਤ ਤੇਜ਼ ਹੁੰਦੀਆਂ ਅਤੇ ਇਹ ਧੁੱਪਾਂ ਕੱਦੂ ਦੀਆਂ ਵੱਲਾਂ ਨੂੰ ਨੁਕਸਾਨ ਕਰਦੀਆਂ। ਅਤੇ ਜਦੋਂ ਕਿਸਾਨ ਭਰਾਵਾਂ ਨੇ ਲਿਫਾਫਾ ਲਾਇਆ ਅਤੇ ਕਈ ਕਿਸਾਨ ਵੀਰਾਂ ਦੀਆਂ ਵੱਲਾਂ ਨਾ ਪੀਲੇਪਣ 'ਚ ਦਿਖਾਈ ਦਿੱਤੀਆਂ, ਅਤੇ ਉਹ ਟੈਨਸ਼ਨ ਦੇ ਵਿੱਚ ਹੈ ਕਿ ਸਾਡੀਆਂ ਵੱਲਾਂ ਹੁਣ ਪੀਲੀਆਂ ਹੋਈਆਂ ਅਤੇ ਸ਼ਾਇਦ ਹੀ ਬਹਾਲ ਹੋਣ। ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ, ਲਿਫਾਫੇ ਦੇ ਵਿੱਚ ਪੀਲਾਪਣ ਆਉਣਾ ਲਾਜ਼ਮੀ ਹੁੰਦਾ, ਅਤੇ ਜਦੋਂ ਤੁਸੀਂ ਲਿਫਾਫਾ ਲਾਓਗੇ ਅਤੇ 2-4 ਦਿਨ ਧੁੱਪਾਂ ਲੱਗਣਗੀਆਂ ਅਤੇ ਇਹ ਵੱਲਾਂ ਸਹੀ ਸੈੱਟ ਹੋ ਜਾਣਗੀਆਂ। ਪਰ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋਵੇ ਕਿ ਸਾਡੀ ਵੱਲ ਛੇਤੀ ਹਰਿਆਲੀ ਦੇ ਵਿੱਚ ਆਵੇ, ਜਿਵੇਂ ਕਿ ਅੱਜ ਅਸੀਂ ਆਪਦੀਆਂ ਵੱਲਾਂ ਦੇ ਉੱਤੇ ਸਾਰੇ ਵਾਹਣ ਦੇ ਵਿੱਚ IPL ਕੰਪਨੀ ਦਾ 5G ਦਾ ਸਪਰੇਅ ਕਰ ਰਹੇ ਹਾਂ, ਜਿਹੜਾ ਕਿ ਕੁਛ ਹੱਦ ਤੀਕਰ ਆਪਾਂ ਨੂੰ ਵਧੀਆ ਗਰੋਥ ਅਤੇ ਵੱਲਾਂ ਦੀ ਸਿਹਤ ਦੇ ਲਈ ਵਧੀਆ ਹੁੰਦਾ, ਅਤੇ ਉਹ ਆਪਾਂ ਕਰ ਸਕਦੇ ਹਾਂ। ਪਰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਵੀਰ ਭਰਾ ਦੀ, ਜੇਕਰ ਵੱਲ ਕੱਦੂ ਦੀ ਪੀਲੇਪਣ ਦੇ ਵਿੱਚ ਹੈਗੀ ਆ ਅਤੇ ਟੈਨਸ਼ਨ ਵਾਲੀ ਗੱਲ ਨਹੀਂ, ਜਿਵੇਂ ਜਿਵੇਂ ਮੌਸਮ ਸਾਫ਼ ਹੋਊਗਾ ਧੁੱਪਾਂ ਲੱਗਣਗੀਆਂ ਅਤੇ ਇਹ ਵੱਲਾਂ ਸਹੀ ਹੋ ਜਾਣਗੀਆਂ। ਸਾਡਾ ਜਿਹੜਾ ਇਹ ਅਲੋਟ ਆ ਬਈ, ਇਹ ਅੱਜ 2.5 ਮਹੀਨਿਆਂ ਦਾ ਹੋ ਗਿਆ, ਅਤੇ ਅਸੀਂ 1 ਹਫ਼ਤੇ ਦੇ ਵਿੱਚ ਸਾਡੇ ਜਿਹੜੇ ਕੱਦੂ ਹੈ ਸੇਲ ਲਈ ਜਾਣਗੇ, ਅਤੇ ਸਾਰੀਆਂ ਵੱਲਾਂ ਜਿਹੜੀਆਂ ਆਪਣਾ ਫਲ ਚੱਕ ਰਹੀਆਂ ਨੇ, ਅਤੇ ਬਹੁਤ ਵਧੀਆ ਐਤਕੀ ਰਿਜ਼ਲਟ ਆ ਵੱਲਾਂ ਦਾ, ਬਹੁਤ ਸੋਹਣਾ ਫਲ ਆਇਆ। ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਤੁਹਾਨੂੰ ਸਾਡੀਆਂ ਵੱਲਾਂ ਕਿਵੇਂ ਲੱਗੀਆਂ, ਸਾਡੀ ਮਿਹਨਤ ਤੁਹਾਨੂੰ ਕਿਵੇਂ ਲੱਗੀ। ਅਤੇ ਆਪਾਂ 1 ਏਕੜ ਦੇ ਵਿੱਚ 7-8 ਵਰਾਇਟੀਆਂ ਲਾ ਰਹੇ ਹਾਂ, ਆਏ ਸਾਲ ਆਪਾਂ ਲਾਉਣੇ ਹਾਂ ਕੱਦੂਆਂ ਦੇ ਵਿੱਚ ਕਈ ਪ੍ਰਕਾਰ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਹ ਆਪਣੀ 1 ਵੱਟ ਜਿਹੜੀ ਹੈ ਕੱਦੂਆਂ ਦੀ, ਇੱਧਰ ਵੀ ਛੋਲੀਆ ਉੱਧਰ ਵੀ ਛੋਲੀਆ, ਉਦੋਂ ਅੱਗੇ ਫਿਰ ਕੱਦੂ ਆ, ਉਦੋਂ ਅੱਗੇ ਫਿਰ ਛੋਲੀਆ, ਉਦੋਂ ਅੱਗੇ ਕੱਦੂ ਆ, ਮਟਰ ਆ, ਆਲੂ ਆ, ਗਾਜਰਾਂ, ਇਹਦੇ ਵਿੱਚ ਆਪਾਂ ਬਹੁ ਭਾਂਤੀ ਖੇਤੀ ਕੀਤੀ ਹੈ। ਅਤੇ ਪਹਿਲਾਂ ਅਸੀਂ ਟਿੰਡੇ ਸੇਲ ਕਰ ਰਹੇ ਸੀ, ਹੁਣ ਬਸ 1 ਹਫ਼ਤੇ ਤੀਕਰ ਸਾਡੇ ਕੱਦੂ ਸੇਲ ਲਈ ਚੱਲ ਪੈਣਗੇ, ਸਾਰੀਆਂ ਵੱਲਾਂ ਫਲ ਚੱਕੀ ਬੈਠੀਆਂ। ਅਤੇ ਕਮੈਂਟ ਤੁਸੀਂ ਜ਼ਰੂਰ ਕਰਿਓ ਕਿ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ।